उस्ताद तेज मैं भी बहुत सत श्री अकाल सारिआं नूं। अज असीं घर तों केदीप ते दोनों ही आए सी क्योंकि दूजी टीम नूं असीं भेजता सैट ते साडा शूट हैगा सी इधर अलग हैगा सी नहर कंडे शूट करना ही सिर्फ एक अद्धा आर्टिस्ट सी इत्थे तां करके अज असीं इत्थे आ गए। बाकी कैमरा और रेडी बाजल करदे आं शूट शुरू। मेकअप अज असीं भाजी दे घरे जा के करता सी। भाजी रेडी है, बस भाजी दी वेट आउंदी इत्थों टेक करके बाद च फिर वापस सैट ते जाणा। जिगाड़ ला के कि नारियल पानी कड्या जा रहा है। मेहनत बिलकुल दो बार मेरी रिकॉर्ड मेरी दो बार वीडियो रिकॉर्ड की ऑडियो नहीं आया हाल कर दे ग्रीन तो पहला भी आ रही थी पर ऑडियो रिकॉर्ड नहीं हुई। आ देखो असं की कर रहे हैं शॉर्ट लैन लगे हैं तो कोई भी शूटिंग करानी है कॉन्टैक्ट करो। उधर बनाए उधर भाजी पैसे आ पैसे कमा रहे हैं वीलॉग तो सानू पैसे नहीं देंगे सानू वीडियो च लेंगे है। तो मैं क्या मैं हूँ ऐड करनी है मैं होर कुछ नहीं बोल रहा मैं अपनी करनी हूँ फायदा चक्का भाजी उधर ड्रोन आ भाजी का जी ये फिल्म दे रॉयल भाई ने इन्हां नूं बुलाया मैं शॉट ला रहा उधर चल जाओ ना उधरों इधर आ जाओ किस नाम तेरा ब्लॉग उधर नूं चल जाओ उधर नूं आपां इधर दा शॉट ला लैंदे आ अपनी शॉट दी लोकेशन की जाने हो है ना क्या बस बस आ जाओ सीधे ही आ जाओ क्यों काटे हां मैं देख ला ਤੇ ਫਿਰ ਕਹਿੰਦਾ ਮੈਂ ਲੜਦਾ ਹਨਾ ਹੁਣ ਸ਼ੂਟ ਤਾਂ ਸ਼ੁਰੂ ਹੋ ਰਿਹਾ ਇੱਧਰ ਇਹਨੇ ਹੁਣ ਫੋਨ ਤੇ ਲੱਗਿਆ ਲਗਾਇਆ ਇਹਨੇ ਪਤਾ ਨਹੀਂ ਕਿੱਥੇ ਟੱਪ ਜਾਣਾ ਇਹਨੂੰ ਕੁਛ ਨਹੀਂ ਪਤਾ ਫਿਰ ਇਹ ਸੁਣਦੇ ਹੀ ਨੇ ਮੇਰੇ ਤੋਂ ਹੋਰ ਕੁਛ ਨਹੀਂ ਹਾਂ ਦੇ ਹੁਣ ਇਹਨੂੰ ਪਤਾ ਲੱਗ ਗਿਆ ਵੀ ਹੁਣ ਗਾਲਾਂ ਪੈਣੀਆਂ ਤੇ ਹੁਣ ਇਹ ਆ ਰਿਹਾ ਵਾਪਸ ਸਹੀ ਕਹਿਣਾ ਮੈਂ ਥੋੜ੍ਹਾ ਵੀਡੀਓ ਸੋਚ ਰਿਹਾ ਜੀ ਹਨਾ ਕਿੱਦਾਂ ਤਾਂ ਹੀ ਮੈਂ ਥੋੜ੍ਹਾ ਸਾਈਡ ਤੇ ਸੀ ਅੱਛਾ ਕੋਈ ਫਨੀ ਵੀਡੀਓ ਸੋਚ ਰਿਹਾ ਹਾਂ ਵੀ ਕਿੱਦਾਂ ਬਣਾਈ ਜਾਵੇ ਨਹਿਰ ਤੇ ਹਨਾ अच्छा हाँ जी गल कि अखबार हो गया अच्छ ये मेरे नाल नहीं शूट करता मैं कहना भी चल आ वीडियो बनाई गल ही नहीं बोलता मैं कहता वीडियो सेंड कर दे गल ही नहीं बोलता वो भाई है बस मतलब एक बंद जो तुम सौ बारी कह दोगे तो फिर गल मनी तो की मनी है ना फिर ऐ कच्चा मुँह करके विखा दिता बस ਬਈ ਅਗਲੇ ਦਿਨ ਨਾ ਸਟਾਰ ਲੋਕ ਜਿਹੜੇ ਹੁੰਦੇ ਨਾ ਉਹ ਕਿੱਥੇ ਸਾਡੇ ਵਰਗੇ ਨੂੰ ਵੇਖਦੇ ਆ ਕੋਈ ਨਾ ਹਾਂ ਫਿਰ ਨਹੀਂ ਨਹੀਂ ਤਾਂ ਫਿਰ ਹੋਰ ਕੀ ਦੱਸ ਆ ਕਰਦਾ ਤੈਨੂੰ ਟੈਗ ਸਟੋਰੀ 'ਚ ਪਾ ਦੀ ਬ్రో ਨਾਲੇ ਕਲੈਪ ਕਰਦੀ ਕਰਦਾ ਮੈਂ ਰੈਡੀ ਆ ਕੰਮ ਕਿੰਨਾ ਟਾਈਮ ਲੱਗਣਾ ਨਹੀਂ ਸਰ ਉਹ ਇਸੇ ਦੇ ਨਾਲ ਸਿਮਰ ਜੀ ਆਪ ਸਾਈਡ ਹੋਣਾ ਜਿਹੜਾ ਹਾਂ ਕਿਉਂ ਬਦ ਨਾਮ ਕਰਦਾ ਮੇਕਅਪ ਵਾਲਿਆਂ ਨੂੰ ਨਹੀਂ ਮੈਂ ਕਰਦਾ ਆਪ ਤੁਹਾਡਾ ਮੇਕਅਪ मेकअप फिक्सर लाया हाय सर हाँ जी मेकअप फिक्स कर रहे हैं हाँ सेंटर लिख रहे
ਲੋਕੀ ਬਸ ਵਿੱਚ ਬੜੇ ਮੇਰੇ ਸੱਜਣਾ ਪਿਆਰੇ ਗੌਰ ਮੇਰਾ ਮਰਵੇ ਗੌਰ ਮੇਰਾ ਅੱਖਾਂ ਚਸਕਾ ਰੜਕਾ ਚਿੱਟਾ ਮੁੱਦੇ ਬਲੈਕ ਮੁੱਦੇ ਬੱਕਰੀ ਕੁਛ ਤੇ ਵਾਲ ਕੁਛ ਹਰੇ ਕੁਛ ਲਾਉ ਲੋ ਜੀ ਕੰਪਨੀ ਵਿੱਚ ਸ਼ੁਰੂ ਰੱਖਦੀ ਚੁਰੀ ਕੀਮਤ ਸਿਰਫ 10 ਰੁਪਏ 10 ਰੁਪਏ ਲਵਾ ਬਾਜੀ ਉਲਟੀ ਉਲਟੀ ਚੱਕਰ ਹੁੰਦੇ ਘਰੇ ਆਉਂਦੇ ਆ ਘਰੋਂ ਘਰੇ ਘੇਰ ਦੀ ਗੋਲੀ ਦਿੰਦੇ ਭੈਣ ਜੀ ਤੁਹਾਨੂੰ ਘੇਰਾ ਹੀ ਪੈਂਦਾ ਰਹੂਗਾ ਅੱਗੇ ਤਾਂ ਹੱਥ ਮੈਂ ਕੋਈ ਦੇ ਤੁਸੀਂ ਖਾਓ ਭੈਣ ਜੀ ਗੋਲੀਆਂ ਬਹੁਤ ਨੇ ਦੋ ਗੋਲੀਆਂ ਖਾਣ ਨਾਲ ਸਵੇਰੇ ਉੱਠ ਕੇ ਸ਼ਾਮ ਨੂੰ ਪੈਣ ਲੱਗੇ ਪਸਾਉਣ ਲੱਗੇ ਨਹਾਉਣ ਲੱਗੇ ਬਹਿਣ ਲੱਗੇ ਖਾਣ ਲੱਗੇ ਉੱਠਣ ਲੱਗੇ ਰਿਸ਼ਤੇਦਾਰੀ 'ਚ ਆ ਕੇ ਬਾਹਰ ਅੰਦਰ ਜਿੱਥੇ ਤੁਸੀਂ ਹਨੇਰੇ 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 ਗੋਲੀ ਲੈ ਸਕਦੇ ਵੀਰ ਜੀ ਲਓ ਜੀ ਇਸ ਤੋਂ ਇਲਾਵਾ ਆਪਣੇ ਕੋਲ ਇਹ ਪੀਣ ਵਾਲਾ ਪਾਣੀ ਹੈ ਜੀ ਇਹ ਪਫਾਰੇ ਨੇ ਇਹ ਦਿਲਕਸ਼ ਕਰੀਮਾਂ ਨੇ ਜਿਨ੍ਹਾਂ ਨੇ ਜੇ ਕੁਕਾਏ ਆ ਗੋਰੇ ਆ ਕੋਈ ਆਪਣੇ ਸਾਵਲੇ ਆ ਆਵਲੇ ਆ ਮਾਵਲੇ ਆ ਲਓ ਜੀ ਕੀਮਤ ਸਿਰਫ ਕੰਪਨੀ ਸ਼ੁਰੂ 10 ਰੁਪਏ 10 ਰੁਪਏ 10 ਰੁਪਏ ਜੀ ਸਾਰੇ ਵਾਲ ਉੱਡ ਗਏ ਇਹ ਹੋ ਰਹੀ ਹੈ ਇਹਨਾਂ ਦੀ ਫਨੀ ਵੀਡੀਓ ਦੀ ਤਿਆਰੀ ਦੇਖੋ ਤਿਆਰ ਦੇਖੋ ਕਿਆ ਬਾਤ ਹੈ ਫੁੱਲ ਤਿਆਰੀ ਹੈ ਸਰੀਰ ਤੇ ਨਾ ਜਾਇਓ ਖੁਰਾਕ ਵੇਖੋ ਬੰਦੇ ਦੀ ਹਾਂ ਤੇ ਸਰੀਰ ਵੀ ਵੇਖੋ ਬੰਦੇ ਦਾ ਸਰੀਰ ਵੀ ਵੇਖੋ ਖੁਰਾਕ ਤੇ ਸਰੀਰ ਤੇ ਨਹੀਂ ਜਾਣਾ ਇਹ ਸਾਰਾ ਪਤਾ ਨਹੀਂ ਕਿੱਥੇ ਜਾਂਦਾ ਬੰਦਾ ਨਾ ਜੁੜੀ ਕਰਕੇ ਤੇ ਭੁੱਲ ਗਿਆ ਤੇ ਇਹਨੇ ਸਵੇਰ ਦੀ ਐਵੇਂ ਜੁੜੀ ਕਰਕੇ ਰੱਖੀ ਹੋਈ ਆ ਚਿਹਰਾ ਲਾ ਰੱਖਿਆ ਨੇ ਖਰਚ ਤੇ ਤਾਂ ਨੀ ਮਾਰਿਆ ਕਿਸੇ ਦੀ ਭੁੱਜ ਤਾਂ ਨੀ ਮਾਰਿਆ ਸਿਰਫ ਰਵੀ ਕੰਬੋਜ ਕੋਲ ਹੁਣ ਹੱਸਦਾ ਬੜੀ ਲਾਂਦਾ ਨੀ ਲੱਛੇ ਇਹ ਨਾ ਆਦਤਾਂ ਹੀ ਵਜੇ ਕਰ ਦਿੰਦਾ ਮੈਂ ਸੱਚ ਬੋਲਦਾ ਫਿਰ ਅਗਾਂ ਬਹਿ ਮੈਂ ਆਦਤਾਂ ਹੀ ਦੱਸਦਾ ਆਪਾਂ ਇੱਥੋਂ ਤੱਕ ਲਈ ਕਹਿੰਦਾ ਸੁਣ ਉਹਨਾਂ ਘੜੀ ਕੁੜੀ ਮੈਡਮ ਨੇ ਪੁੱਛਿਆ ਮੈਡਮ ਦੀ ਪਰਸਨਲ ਘੜੀ ਸੀ ਬੋਲ ਇਹ ਸਾਰੇ ਹੁਣ ਆਦੇ ਰੋਟੀਆਂ ਰੁਟੀਆਂ ਖਾ ਕੇ ਢਿੱਡ ਐਮ ਕਰਕੇ ਤੇ ਸਾਰੇ ਆ ਗਏ ਨੇ ਦੇਖੋ ਹਾਂ ਕਿੱਦਾਂ ਸਤਿ ਸ਼੍ਰੀ ਅਕਾਲ ਜੀ ਮੈਂ ਹੁਣੇ ਰੋਟੀ ਖਾ ਕੇ ਟਿਆ ਧੁੱਪ ਅੱਖਾਂ 'ਚ ਪਈ ਹੁੰਦੀ ਹੈ ਨਾ ਮੇਰੇ ਵਾਲੇ ਚਸ਼ਮੇ ਲਾ ਲਓ ਸਰ ਤੁਸੀਂ ਕਿਹੜੇ ਬਾਕੀ ਸਭ ਓਕੇ ਆ ਪਾਣੀ ਪੀ ਲਓ ਪਾਣੀ ਪੀ ਲਓ ਤੇ ਅਯੱਬਲ ਨੂੰ ਤਾਂ ਤੁਸੀਂ ਜਾਣਦੇ ਹੀ ਹੋਣੇ ਦੱਸ ਵੀਰ ਸਾਡਾ ਭਰਾ ਸਿਮਰ ਟੈਂਪੂ ਕੋਲ ਤੁਹਾਨੂੰ ਗੀਤ ਸੁਣਾਊਗਾ ਗੀਤ ਹੁਣ ਚੱਲ ਵੀ ਹੋ ਜਾ ਸ਼ੁਰੂ ਵੇ ਤੂੰ ਸੋਹਣਾ ਏ ਬਥੇਰਾ ਵੇ ਦਿਲ ਲੱਗਦਾ ਨੀ ਮੇਰਾ ਤੇਰੇ ਵਾਸਤੇ ਸ਼ਕੀਨਾ ਮੈਂ ਸਜਾਂ ਸਵਰਾ ਬਥੇਰਾ
तेनू सोहनिया सुनखियां पसंद ने मैं पूरी तेरी मंग कर दी तेरे वास्ते सुनहरी रंग वाले मैं फिर गोरा रंग कर दी हाँ वास्ते सुनहरी रंग वाले मैं फिर गोरा रंग कर दी मेहनत कर ला मेहनत कर ला हेलो भाई जी मैक जो मेरे हाथ दे आ चुके मैक मेरे आ भाई जी सरता की मेनू घंटा हो गया मेरे रोको देखो भाई जी पिछे वे जे ढेड का मुंडा की खाई जाए हाँ जी बड़ा एटीट्यूड दिखाओ मैडम एटीट्यूड अच्छा जी मड़का पहुंच के दिखाओगे अपना केदीप सिखा वाला तुसी बिनगा पहला वाला वीडियो नु बहुत बहुत ज्यादा प्यार दिता ते की क्या उनु ए हां जी की क्या इनु तू क्या ए उस्ताद तेज मैं भी बहुत चल दूरी तो कट 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 रीजन यही है भाजी होर कोई इनू रंग नहीं मिलिया हां जी वीरे करा लो फोटो आज आज जी आ फोटो कर दे मुंडे ना जी फोटो कर दे केदीप सिखा वाला जाके फॉलो करो बहुत वधिया मुंडा रीला बनांदा जी वध तों वध इहनू फॉलो करो ते मेरे हिसाब नाल इहनू मेरी गल कोई समझ नहीं लगी गल तुम्हारा नाम क्या है नाम है चंदू ये है चंदू भाई साहब ये कौन से गांव से अपने यहीं से जीरकपुर से ये जीरकपुर बिहार से हैं प्यार से अच्छा प्यार से ये भरा मेरा बहुत वधिया बंदा ये भाई है हमारा बहुत बढ़िया बंदा है बहुत इसका ये हमारी एक ही टोन है स्किन टोन एक ही है हम भाई भाई लग रहे हैं तो ये बहुत अच्छा काम कर रहा है एक हमारा तीसरा भाई और है आजो भाई आजो 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 भाई
ਸਤਿ ਸ਼੍ਰੀ ਅਕਾਲ ਜੀ, ਅਸੀਂ ਅੱਜ ਇੱਥੇ ਕੋਠੀ 'ਚ ਰਹਿ ਰਹੇ ਹਾਂ ਜਿਹੜੀ 'ਚ ਉੱਥੋਂ ਦੇ ਮੁੰਡੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ। ਇਹਦਾ ਨਾਮ ਹੈ ਜੀ ਘਬਰਾਹਟ, ਘਬਰਾਹਟ। ਬਹੁਤ ਵਧੀਆ ਬਹੁਤ ਵਧੀਆ ਨੇਚਰ ਹੈ ਜੀ। ਬਹੁਤ ਮੁੰਡੇ ਨੇ ਮਿਹਨਤ ਕਰਕੇ ਸਰੀਰ ਕਮਾਇਆ ਜੀ। ਕਿਹੜੀ ਜਿੰਮ ਜਾਂਦੇ ਹੋ ਸਰ? ਕਿਹੜੀ ਜੰਗ? ਕਿਹੜੀ ਜਿੰਮ ਕਿੱਥੇ ਲੱਗੇ ਹੋ? ਕਿਹੜੀ ਜੰਗ ਲੱਗੇ ਹੋਏ? ਕਿਹੜੀ ਸ਼ੋਰ ਲੱਗੀ? ਓਕੇ ਜੀ, ਕੀ ਤੁਹਾਡੀ ਸਟੀਲ ਬਾਡੀ ਦਾ ਕੀ ਰਾਜ ਹੈ ਜੀ? ਬਸ ਬਸ ਜੀ, ਠੀਕ ਹੈ ਜੀ। ਬਸ ਫਿਰ ਮੇਰੇ ਵਾਲਾ ਹਿਸਾਬ ਹੈ ਜੀ। ਕੀ ਰੋਟੀ ਕਿੰਨੀ ਖਾਂਦੇ ਹੋ ਜੀ? ਦੋ। ਦੋ ਜੀ, ਠੀਕ ਹੈ ਜੀ। ਔਖੇ ਨਹੀਂ ਹੁੰਦੇ ਦੋ ਖਾ ਕੇ? ਨਹੀਂ ਬਸ। ਠੀਕ ਹੈ ਜੀ, ਕੀ ਕਹਿਣਾ ਚਾਹੋਗੇ ਗਰੀਬ ਪਰਿਵਾਰਾਂ ਨੂੰ? ਗਰੀਬ ਕਿਤੇ, ਤੁਸੀਂ ਅਮੀਰ ਹੋ ਇੰਨੇ। ਬਹੁਤ ਸੋਹਣੀ ਸਮਾਈਲ ਹੈ ਜੀ ਮੁੰਡੇ ਦੀ। ਇੱਕ ਵਾਰੀ ਹੱਸ ਕੇ ਦਿਖਾਈ, ਦਿਖਾ ਦਿਖਾ, ਥੋੜਾ ਹੋਰ ਹੱਸ, ਹੱਸ ਦੇ, ਮੱਖੀ ਵੜ ਜਾ, ਥੋੜਾ ਹੋਰ। ਬਹੁਤ ਸੋਹਣੀ ਸਮਾਈਲ ਹੈ ਜੀ ਮੁੰਡੇ ਨੂੰ। 2.5 ਮਹੀਨੇ ਹੋ ਗਏ ਪੂਰੇ ਨੇ ਬ੍ਰਸ਼ ਨਹੀਂ ਕਰਕੇ ਦੇਖਿਆ। ਕਰਦਾ ਨਾ ਬ੍ਰਸ਼? ਕਰਦਾ ਨਾ ਤਾਂ ਫਿਰ ਮੈਂ ਹੋਊਂਗਾ। ਅੱਛਾ, ਉਹ ਇਹ ਮੁੰਡੇ ਨੇ ਜੀ ਬਹੁਤ ਵਧੀਆ, ਇਹਨਾਂ ਦਾ ਘਰ ਆ ਜੀ। ਘਰ ਦਿਖਾਓ ਇੱਧਰ ਜੀ, ਇਸ ਘਰੇ ਸ਼ੂਟ ਕਰ ਰਹੇ ਹਾਂ ਜੀ, ਠੀਕ ਹੈ? ਰੇਲਾ ਨਾ ਦਿਖਾਓ ਵੀਰੇ, ਪੂਰਾ ਘਰ ਦਿਖਾਓ। ਇਹਨਾਂ ਨੇ ਬਹੁਤ ਬਹੁਤ ਇਹਨਾਂ ਨੇ ਸਾਨੂੰ ਆਦਰ ਮਾਣ ਬਖਸ਼ਿਆ ਜੀ। ਬਹੁਤ ਮੁੰਡੇ ਨੇ ਇਹਨੇ ਇਹਨੇ ਕਿਹਾ ਵੀ ਆਪਦੇ ਘਰੇ ਵੀ ਮੈਂ ਇਹ ਜਿਹੜਾ ਮੁੰਡਾ ਹੇਅਰ ਵਾਲਾ, ਕਿੰਨੇ 1.5 ਲੱਖ ਰੁਪਇਆ ਵੀ ਮੈਨੂੰ 1.5 ਲੱਖ ਰੁਪਇਆ ਵੀ ਦੇਣਗੇ, ਆਪਾਂ ਇਹਨਾਂ ਦਾ ਸਾਰੀ ਜ਼ਿੰਦਗੀ ਸਾਨ ਨਹੀਂ ਭੁੱਲ ਸਕਾਂਗੇ। ਦੇਵੋਂਗੇ ਜੀ 1.5 ਲੱਖ? ਹਾਂਜੀ ਹਾਂਜੀ। ਚਲੋ 1.5 ਲੱਖ ਤਾਂ ਕੋਈ ਗੱਲ ਨਹੀਂ, ਤੁਸੀਂ ਐਂ ਕਰੋ ਮੈਨੂੰ 50 ਰੁਪਇਆ ਲਿਆ ਕੇ ਦਿਓ ਤੇ ਮੈਂ ਜਾਵਾਂ। ਜਾਓ ਜੀ। ਹਾਂਜੀ, ਹਲੇ ਕੱਲ ਹੀ ਮੈਂ 1 ਕਰੋੜ ਬੈਂਕ 'ਚ ਭਰਾ ਕੇ ਆਇਆ। ਭਰਾ ਕੇ ਆਇਆ ਜੀ, ਕੋਈ ਗੱਲ ਨਹੀਂ ਜੀ, 50 ਰੁਪਇਆ ਲਿਆ ਦਿਓ, 1 ਕਰੋੜ ਨਹੀਂ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਹਾਂ, ਆਜੋ ਜੀ। ਇਹ ਮੇਰਾ ਵੱਡਾ ਭਰਾ ਤੇ ਇਹ ਮੇਰਾ ਵੱਡਾ ਭਰਾ ਜੀ, ਅਸੀਂ ਇਕੱਠੇ ਬਾਕਸਿੰਗ ਕਰਦੇ ਰਹੇ ਹਾਂ ਜੀ, ਇਕੱਠੇ ਕਬੱਡੀ ਖੇਡਦੇ ਰਹੇ ਹਾਂ ਜੀ। ਉਸ ਤੋਂ ਬਾਅਦ ਸਾਨੂੰ ਦੋਨਾਂ ਨੂੰ ਨਮੂਨੀਆ ਹੋ ਗਿਆ ਸੀ ਤੇ ਅਸੀਂ 2.5 ਮਹੀਨੇ ਰੈਸਟ ਤੇ ਰਹੇ ਹਾਂ ਜੀ, ਤੇ ਹੁਣ ਅਸੀਂ ਜਿਮ ਜਾਣਾ ਸਟਾਰਟ ਕੀਤਾ ਜੀ। ਜਿਮ ਜਾਣਾ ਅਸੀਂ ਹੁਣ ਸਟਾਰਟ ਕੀਤਾ ਜੀ। ਤੇ ਬਾਈ ਜੀ ਦੱਸੋ ਜੀ, ਬਾਈ ਜੀ ਸਮਰਾ ਰਹੇ ਨੇ ਜੀ, ਬੋਲੋ ਬਾਈ ਜੀ, ਬਾਈ ਜੀ ਬੋਲੋ ਜੀ, ਬਾਈ ਜੀ ਬੋਲੋ ਜੀ, ਬਾਈ ਜੀ ਬੋਲੋ ਜੀ, ਬੋਲੋ ਬਾਈ ਜੀ, ਬਾਈ ਜੀ ਬੋਲੋ ਜੀ, ਬਾਈ ਜੀ ਬੋਲੋ, ਬਾਈ ਜੀ ਯੇ ਭਾਈ ਸਾਹਿਬ ਬਿਹਾਰ ਸੇ ਹੈ ਜੀ, ਤੁਹਾਡੀ ਇਹਨਾਂ ਨਾਲ ਗੱਲ ਕਰਵਾਉਂਦੇ ਆ, ਆਜੋ ਜੀ, ਸਤਿ ਸ਼੍ਰੀ ਅਕਾਲ ਕਰ ਦਿਓ ਸਾਰਿਆਂ ਨੂੰ। ਕਹਿ ਦਿਓ ਮੇਰੇ ਕੋਈ ਪੈਸਾ ਨਹੀਂ। ਤੇ ਇਹਨਾਂ ਇਹ ਮੁੰਡੇ ਇਸੇ ਪਿੰਡ 'ਚ ਰਹਿੰਦੇ ਨੇ ਜੀ। ਬਹੁਤ ਵਧੀਆ ਨੇਚਰ ਹੈ ਇਹਨਾਂ ਮੁੰਡਿਆਂ ਦਾ। ਇਹਨਾਂ ਮੁੰਡਿਆਂ ਨੇ ਇਹੀ ਰੈਸਲਾ ਕੀਤੀ ਹੈ ਵੀ ਜਿਹੜੇ ਇੱਥੇ ਸ਼ੂਟਿੰਗ ਕਰਨ ਆਏ ਉਹਨਾਂ 'ਚ ਮੁੰਡਾ ਹੇਅਰ ਵਾਲਾ, ਇਹ ਸਾਰੇ ਮੈਨੂੰ 100-100 ਰੁਪਇਆ ਦੇਣਗੇ ਇਕੱਠਾ ਕਰਕੇ। ਬਹੁਤ ਵਧੀਆ ਸੁਭਾਅ ਜੀ। ਜਾਂ ਪੁੱਤਰ ਲਿਆ 100 ਰੁਪਏ। ਸਮਾਈਲ ਬਹੁਤ ਸੋਹਣੀ ਕਰਦਾ ਜੀ ਮੁੰਡਾ, ਮਾੜਾ ਨੇੜੇ ਤੋਂ ਦਿਖਾ। ਕਿੰਨਾ ਟਾਈਮ ਹੋ ਗਿਆ ਬ੍ਰਸ਼ ਕੀਤੇ? ਮੈਨੂੰ ਕੈਲਸ਼ੀਅਮ ਨਹੀਂ ਆ। ਸੌਰੀ ਬੁੱਤ, ਮੈਨੂੰ ਵੀ ਸੀ ਪਹਿਲਾਂ। ਤੇ ਹੁਣ ਫਿਰ ਦਵਾਈ ਦਵੂਈ ਚੱਲਦੀ ਜੀ? ਇਕੱਠੇ ਜਿੰਮ ਜਾਂਦੇ ਤੁਸੀਂ ਆ ਮੁੰਡਾ ਵੀ ਤੇਰੇ ਨਾਲ ਜਾਂਦਾ? ਸਵੇਰ ਦੇ 2 ਵੱਜ ਗਏ ਨੇ ਜੀ, ਵੀਰ ਉੱਠ ਖੜਿਆ ਨੇ ਜੀ, ਰੋਟੀ ਖਾ ਰਹੇ ਨੇ ਜੀ। ਚਲੋ ਜੀ, ਕੀ ਕਹਿਣਾ ਚਾਹੋਗੇ? 7 ਰੋਟੀਆਂ ਰੱਖਣਾ ਤੁਸੀਂ ਪਲੇਟ 'ਚ? ਨਹੀਂ ਬ੍ਰੋ, 3 ਰੱਖੀਆਂ ਨੇ। ਚਲੋ ਕੋਈ ਗੱਲ, ਆ ਜਾ ਯਾਰ, ਰੋਟੀ ਖਾਣੀ, ਆ ਜਾ ਰੋਟੀ। ਨਹੀਂ ਖਾ, ਨਹੀਂ ਨਹੀਂ ਜੀ, ਬਸ ਥੈਂਕ ਯੂ। ਅਸਲੇ ਮੇਰਾ ਫੋਨ ਗਵਾਚ ਗਿਆ। ਸਹੀ ਗੱਲ ਹੈ, ਬਹੁਤ ਗਲਤ ਗੱਲ ਹੈ ਜੀ ਭਾਜੀ। ਉਹ ਕੱਟਣ ਦੇ ਦਿਨ ਸਾਰੀ ਸਾਫ ਵਿੱਚ ਦੇ ਦਿਨ ਸਾਰਾ ਸਾਫ ਸਾਂਭ ਲਿਆ। ਕੋਈ ਨਾ, ਉਹਦੇ ਵਿੱਚ ਬਰੋ ਚਾਰ ਜੀ। ਇਹ ਲੜਕਾ ਕੌਣ ਹੈ ਜੀ? ਸਾਡਾ ਸਾਹਿਬ ਐਕਟਰ। ਠੀਕ ਹੈ, ਸਾਹਿਬ ਨੂਰ ਸਿੰਘ। ਇਹ ਹੈ ਸਾਹਿਬ ਨੂਰ ਸਿੰਘ, ਤੇ ਆਉਣ ਵਾਲੀਆਂ ਫਿਲਮਾਂ 'ਚ ਤੁਹਾਨੂੰ ਦਿਖੂਗਾ ਇਹ ਚਿਹਰਾ। ਅੱਜ ਤੁਸੀਂ ਸਾਡੇ ਵਲੋਗ 'ਚ, ਇਹ ਸਾਡੇ ਵਲੋਗ 'ਚ ਦੇਖ ਲਓ, ਚਿਹਰਾ ਤੁਸੀਂ ਦੇਖ ਲਓ, ਇਹ ਤੁਹਾਨੂੰ ਆਉਣ ਵਾਲੀਆਂ ਫਿਲਮਾਂ 'ਚ ਦਿਖੇਗਾ। ਪਹਿਲੇ ਅਸੀਂ ਇਹਨੂੰ ਲੌਂਚ ਅਸੀਂ ਆਪਦੇ ਵਲੋਗ ਤੇ ਕਰ ਰਹੇ ਹਾਂ। ਅੱਜ ਵੱਲੋਂ ਇਹ ਲੌਂਚ ਹੈ। ਆਲੋ ਤੁਸੀਂ ਫੋਨ ਦੇ ਇਸ, ਓਕੇ ਓਕੇ, ਬਾਏ ਬਾਏ। ਹੁਣ ਤੁਸੀਂ ਜਾ ਸਕਦੇ ਹੋ।
फिर की हो गया कोई गल नहीं चुप कर जा हंस के गल लो जी इन्हें सारथ सिंह जी ए मेरे को मैं की गया कोई गल नहीं है भाई साहिब सिंह जी ने जी ये आने वाली फिल्मों के हीरो ने थोड़ा पिछे उपाया ये आने वाली फिल्मों के हीरो ने जी तो बहुत फिल्म आ रही हूँ इन्होंने 100 मीटर की रेस च भाग लिया चलो करो स्टार्ट साहिब होर कुछ दस इन्होंने होर भी बहुत फिल्मों च आऊगा बहुत प्यारा बच्चा जी बहुत बोलो